ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਿਚਾ ਗਿਲਹੋਤਰਾ। ਪਹਿਲਾਂ ਪੇਸ਼ਨੀ ਛਾਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਇੰਡੀਆਸ ਟਿਕਟ ਚਿਪਸ ਆਫ ਵਿਕਸਿਤ ਭਾਰਤ ਚ ਵਰਚੁਅਲ ਢੰਗ ਨਾਲ ਲੈਣਗੇ ਹਿੱਸਾ। ਸਮਾਗਮ ਦੌਰਾਨ ਪ੍ਰਧਾਨ ਮੰਤਰੀ 3 ਸੈਮੀ ਕੰਡਕਟਰ ਸਹੂਲਤਾਂ ਦਾ ਕਰਨਗੇ ਉਦਘਾਟਨ। ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਚੰਡੀਗੜ੍ਹ ਤੋਂ ਕੌਮੀ ਪ੍ਰੋਗਰਾਮ ਖੇਲੋ ਇੰਡੀਆ ਰਾਈਜ਼ਿੰਗ ਆਈਡੈਂਟੀਫਿਕੇਸ਼ਨ ਦੀ ਕੀਤੀ ਸ਼ੁਰੂਆਤ। ਐਨਆਈਟੀ ਜਲੰਧਰ ਦੇ ਢਾਂਚਾਗਤ ਵਿਕਾਸ ਦੇ ਪ੍ਰਸਤਾਵ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਨੇ ਦਿੱਤੀ ਪ੍ਰਵਾਨਗੀ। ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਦਾ ਪੰਜਾਬ ਚ ਕੀਤਾ ਜਾ ਰਿਹਾ ਏ ਸਵਾਗਤ। ਕਥਕ ਨਿਰਤਕਾ ਉਮਾ ਦੀਕਸ਼ਿਤ ਨੇ ਬਿਆਸ ਦਰਿਆ ਦੇ ਕੰਢੇ ਤੇ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਗੀਤ ਤੇ ਮਨਮੋਹਕ ਪੇਸ਼ਕਾਰੀ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਇੰਡੀਆਜ਼ ਟਿਕਟ ਚਿਪਸ ਆਫ ਵਿਕਸਿਤ ਭਾਰਤ ਚ ਵਰਚੁਅਲ ਢੰਗ ਨਾਲ ਹਿੱਸਾ ਲੈਣਗੇ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ 3 ਸੈਮੀ ਕੰਡਕਟਰ ਸਹੂਲਤਾਂ ਦਾ ਉਦਘਾਟਨ ਕਰਨਗੇ। ਇਹ ਤਿੰਨੋਂ ਸੈਮੀ ਕੰਡਕਟਰ ਸਹੂਲਤਾਂ ਤਕਰੀਬਨ 1.25 ਕਰੋੜ ਦੀਆਂ ਨੇ। ਇਸ ਮੌਕੇ ਪ੍ਰਧਾਨ ਮੰਤਰੀ ਦੇਸ਼ ਭਰ ਦੇ ਨੌਜਵਾਨਾਂ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਜਨ ਕਲਿਆਣ ਨਾਲ ਸਬੰਧਤ PM ਸੂਰਜ ਪੋਰਟਲ ਦੀ ਵੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ਵਿਕਾਸ ਤੋਂ ਵਾਂਝੇ ਵਰਗਾਂ ਦੇ 1 ਲੱਖ ਕਾਰੋਬਾਰੀਆਂ ਦੇ ਕਰਜ਼ਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਵੱਲੋਂ ਸਫਾਈ ਮਿੱਤਰਾ ਆਯੁਸ਼ਮਾਨ ਸਿਹਤ ਕਾਰਡ ਅਤੇ PPE ਕਿੱਟਾਂ ਵੀ ਤਕਸੀਮ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਵੱਲੋਂ 500 ਤੋਂ ਵੱਧ ਜ਼ਿਲ੍ਹਿਆਂ ਦੇ ਵਿਕਾਸ ਤੋਂ ਵਾਂਝੇ ਗਰੁੱਪਾਂ ਦੇ ਲਾਭਪਾਤਰੀਆਂ ਨਾਲ ਸੰਵਾਦ ਕੀਤਾ ਜਾਵੇਗਾ। ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਚ ਅੱਜ ਇਕ ਅਹਿਮ ਬੈਠਕ ਹੋ ਰਹੀ ਏ ਜਿਸ ਵਿਚ ਕਈ ਵੱਡੇ ਫੈਸਲੇ ਲਏ ਜਾਣ ਦੀ ਸੰਭਾਵਨਾ ਏ। ਖੇਡਾਂ ਅਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਚੰਡੀਗੜ੍ਹ ਤੋਂ ਕੌਮੀ ਪ੍ਰੋਗਰਾਮ ਖੇਲੋ ਇੰਡੀਆ ਰਾਈਜ਼ਿੰਗ ਆਈਡੈਂਟੀਫਿਕੇਸ਼ਨ ਕੀਰਤੀ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਕੀਰਤੀ ਪ੍ਰੋਗਰਾਮ ਦੇਸ਼ ਦੇ ਹਰ ਕੋਨੇ ਵਿਚ ਪ੍ਰਤਿਭਾ ਦੀ ਖੋਜ ਦੀ ਮਹੱਤਤਾ ਤੇ ਜ਼ੋਰ ਦਿੰਦਾ ਏ। ਉਨ੍ਹਾਂ ਔਰਤਾਂ ਨੂੰ ਸਮਰਪਿਤ ਖੇਡਾਂ ਲਈ 2 ਨਵੇਂ ਕੌਮੀ ਸੈਂਟਰ ਆਫ ਐਕਸੀਲੈਂਸ ਖੋਲ੍ਹਣ ਦਾ ਵੀ ਐਲਾਨ ਕੀਤਾ ਜਿੱਥੇ ਸਿਰਫ ਮਹਿਲਾ ਖਿਡਾਰੀਆਂ ਨੂੰ ਹੀ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਬੋਲਦਿਆਂ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਦੇਸ਼ ਵਿਚ ਪਹਿਲਾਂ ਹੀ ਕਈ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਕਾਰਜਸ਼ੀਲ ਨੇ। ਇਨ੍ਹਾਂ ਕੇਂਦਰਾਂ ਤੇ ਖਿਡਾਰੀਆਂ ਨੂੰ ਵਧੀਆ ਸਿਖਲਾਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜਿਸ ਨਾਲ ਵੱਖ ਵੱਖ ਮੁਕਾਬਲਿਆਂ ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਸਾਰੇ ਖਿਡਾਰੀਆਂ ਦਾ ਮਨੋਬਲ ਵਧਦਾ ਏ। ਕੇਂਦਰੀ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਖੇਡ ਅਤੇ ਜ਼ਿਲ੍ਹਾ ਆਦਿ ਦੇ ਵੇਰਵਾ ਮਾਈ ਭਾਰਤ ਤੇ ਆਨਲਾਈਨ ਰਜਿਸਟਰਡ ਕਰਵਾਉਣਾ ਹੋਏਗਾ। ਪਾਰਦਰਸ਼ਤਾ ਯਕੀਨੀ ਬਣਾਉਣ ਲਈ ਇਹ ਏਕੀਕ੍ਰਿਤ ਪਲੇਟਫਾਰਮ ਬਣਾਇਆ ਗਿਆ ਏ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਜਲੰਧਰ ਦੇ ਡਾ BR ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ DIB ਦੇ 240.27 ਕਰੋੜ ਰੁਪਏ ਦੀ ਲਾਗਤ ਨਾਲ ਢਾਂਚਾਗਤ ਵਿਕਾਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਏ। ਇਸ ਸੰਸਥਾ ਨੇ ਹਾਲ ਹੀ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਸੂਚਨਾ ਟੈਕਨਾਲੋਜੀ ਵਿਚ ਵਿਦਿਆਰਥੀਆਂ ਦੇ ਪ੍ਰਵਾਨਿਤ ਦਾਖਲੇ ਦੇ ਨਾਲ ਸਬੰਧਤ 2 ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਨੇ। ਸੰਸਥਾ ਨੇ BTEC ਅਤੇ MTEC ਵਿਦਿਆਰਥੀਆਂ ਦੀ ਕੁਲ ਮਨਜ਼ੂਰ ਦਾਖਲੇ ਨਾਲ ਡਾਟਾ ਵਿਸ਼ਲੇਸ਼ਣ ਅਤੇ ਮਸਨੂਈ ਬੁੱਧੀਮਤਾ ਦੇ ਕੋਰਸਾਂ ਦਾ ਪੁਨਰਗਠਨ ਵੀ ਕੀਤਾ ਏ। ਸੰਸਥਾ ਦੇ ਇਸ ਪ੍ਰਸਤਾਵ ਵਿਚ ਅਕਾਦਮੀ ਪ੍ਰੋਗਰਾਮਾਂ ਜਿਵੇਂ ਕਿ ਵਿਭਾਗੀ ਇਮਾਰਤਾਂ, ਪ੍ਰਯੋਗਸ਼ਾਲਾਵਾਂ, ਵਿਦਿਆਰਥੀਆਂ ਲਈ ਹੋਸਟਲ ਦੇ ਨਾਲ ਨਾਲ ਫੈਕਲਟੀ ਲਈ ਰਿਹਾਇਸ਼ ਦੀਆਂ ਢਾਂਚਾਗਤ ਲੋੜਾਂ ਨੂੰ ਪੂਰਾ ਕਰਨ ਦਾ ਵੀ ਸ਼ਾਮਲ ਹੈ। ਇਹ ਗ੍ਰਾਂਟ ਭਾਰਤ ਸਰਕਾਰ ਦੀ ਉੱਚ ਸਿੱਖਿਆ ਫਾਈਨੈਂਸਿੰਗ ਏਜੰਸੀ ਅਧੀਨ ਪ੍ਰਵਾਨਿਤ ਕੀਤੀ ਗਈ ਏ, ਜਿਹੜੀ NIT ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦਾ ਧੰਨਵਾਦ ਕੀਤਾ ਕਿਉਂਕਿ ਇਸ ਨਾਲ ਸੰਸਥਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।
ਪਾਕਿਸਤਾਨ ਤੋਂ ਆਏ ਕਈ ਹਿੰਦੂ ਪਰਿਵਾਰਾਂ ਨੂੰ ਹੁਣ ਤੱਕ ਭਾਰਤ ਦੀ ਨਾਗਰਿਕਤਾ ਨਹੀਂ ਮਿਲੀ ਸੀ, ਪਰ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਇਨ੍ਹਾਂ ਪਰਿਵਾਰਾਂ 'ਚ ਆਸ ਦੀ ਕਿਰਨ ਪੈਦਾ ਹੋ ਗਈ ਹੈ। ਆਪਣਾ ਦਰਦ ਬਿਆਨ ਕਰਦਿਆਂ ਸਾਈਂਦਾਸ ਨੇ ਦੱਸਿਆ ਕਿ 1980 'ਚ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਭਾਰਤ ਆਏ ਸਨ। ਉਨ੍ਹਾਂ ਦਾ ਵਿਆਹ ਵੀ ਭਾਰਤੀ ਨਾਗਰਿਕ ਦਰਸ਼ਨਾ ਨਾਲ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਦੇਸ਼ੀ ਨਾਗਰਿਕਤਾ ਨਸੀਬ ਨਹੀਂ ਹੋਈ। ਸਾਈਂਦਾਸ ਨੇ ਦੱਸਿਆ ਕਿ ਉਨ੍ਹਾਂ ਦੇ 4 ਬੱਚੇ ਜਿਨ੍ਹਾਂ ਸਾਰਿਆਂ ਦਾ ਵਿਆਹ ਹੋ ਚੁੱਕਾ ਹੈ ਅਤੇ ਸਾਈਂਦਾਸ ਕੋਲ ਭਾਰਤ ਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਵੀ ਹੈ, ਪਰ ਇਸ ਸਭ ਦੇ ਹੁੰਦਿਆਂ ਉਨ੍ਹਾਂ ਕੋਲ ਭਾਰਤੀ ਨਾਗਰਿਕ ਹੋਣ ਦਾ ਕੋਈ ਦਸਤਾਵੇਜ਼ ਨਹੀਂ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਉਹਨਾਂ ਪੂਰੀ ਆਸ ਹੈ ਕਿ ਹੁਣ ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲ ਜਾਵੇਗੀ। ਧਰਮ ਦੇ ਵਿੱਚ ਅਸੀਂ 1980 ਦੇ ਵਿੱਚ ਪਾਕਿਸਤਾਨ ਨੂੰ ਇੱਧਰ ਇੰਡੀਆ 'ਚ ਆਏ ਸਾਂ। ਉੱਥੇ ਕਈ ਮੁਸਲਮਾਨ ਕਹਿੰਦੇ ਹਨ ਤੁਸੀਂ ਮੁਸਲਮਾਨ ਹੋ ਜਾਓ, ਤੁਸੀਂ ਤਾਂ ਇੱਥੇ ਰਹੋ, ਅਸੀਂ ਨੇ ਹਿੰਦੂ ਧਰਮ ਨੂੰ ਬਚਾਉਂਦਿਆਂ ਹੋਇਆਂ ਅਸੀਂ ਆਪਣੇ ਦੇਸ਼ ਵਿੱਚ, ਸਾਡਾ ਪਰਿਵਾਰ 1947 ਦਾ ਵੀ ਆਇਆ ਹੋਇਆ ਸੀ ਇੱਥੇ, ਅਤੇ ਅਸੀਂ ਸਾਰੇ ਚਾਚੇ ਤਾਏ ਇੱਥੇ ਆਏ, ਸਾਡਾ ਪਰਿਵਾਰ ਆਇਆ, ਅਤੇ ਅਸੀਂ ਇੱਥੇ ਆ ਕੇ ਵੀ ਅਸੀਂ ਹਿੰਦੂ ਆਪਣਾ ਧਰਮ ਨਹੀਂ ਛੱਡਣਾ, ਅਤੇ ਅਸੀਂ ਆ ਪਾਕਿਸਤਾਨ ਇੰਡੀਆ ਜਾ ਕੇ ਅਤੇ ਆਪਣੇ ਰਹਿੰਦੇ ਹਾਂ ਜਾ ਕੇ ਹਿੰਦੂ ਧਰਮ ਦੇ ਵਿੱਚ, ਅਤੇ ਸਾਨੂੰ ਫਿਰ ਵੀ ਇੱਥੇ ਆਣ ਕੇ ਤਾਂ ਅਸੀਂ ਪਨਾਹ ਲਈ ਹੈ, ਪਰ ਸਾਡੀ ਕਿਸੇ ਸੁਣਵਾਈ ਨਹੀਂ ਕੀਤੀ, ਅੱਜ ਤੱਕ ਸਾਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ। ਕਈ ਸਰਕਾਰਾਂ ਹੋਈਆਂ ਨੇ, ਕਈ ਸਰਕਾਰਾਂ ਬਦਲੀਆਂ ਨੇ, ਪਰ ਸਾਡੀ ਸੁਣਵਾਈ ਨਹੀਂ ਹੋਈ, ਸਾਨੂੰ ਨਾਗਰਿਕਤਾ ਨਹੀਂ ਦਿੱਤੀ ਗਈ। ਸਾਡੇ 'ਤੇ ਕੋਈ ਦੋਸ਼ ਨਹੀਂ, ਐਸਾ ਕੋਈ ਵੀ ਸਾਡੇ 'ਤੇ ਕੋਈ ਗੁਨਾਹ ਨਹੀਂ, ਜਿਹੜਾ ਅਸੀਂ ਮਤਲਬ ਅਸੀਂ ਹਿੰਦੂਆਂ ਤਾਂ ਅਸੀਂ ਕਿਉਂ ਕਰਨਾ ਵੇ, ਅਤੇ ਬਾਕੀ ਮੋਦੀ ਸਰਕਾਰ ਸਾਡੇ ਵਾਸਤੇ ਇੱਕ ਰੱਬ ਬਣ ਕੇ ਆਏ ਨੇ ਜਿਹਨਾਂ ਸਾਡੀ ਸੁਣਵਾਈ ਕੀਤੀ ਹੈ ਅਤੇ ਸਾਡਾ ਬਣਾਇਆ। ਸਾਨੂੰ ਖੁਸ਼ੀ ਹੋਈ ਹੈ ਵੀ ਸਾਨੂੰ ਨਾਗਰਿਕਤਾ ਜਲਦੀ ਦਿੱਤੀ ਜਾਵੇ ਅਤੇ ਅਸੀਂ ਰਹਿਣ ਦੇ ਹੱਕਦਾਰ ਹੋ ਵੀ, ਸਾਨੂੰ ਕੋਈ ਸਾਡੇ 'ਤੇ ਉਂਗਲ ਨਾ ਕਰੇ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਕਾਲੇ ਕੱਪੜੇ ਪਾ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਵਿਰੋਧੀ ਧਿਰ ਜਿਤਾ ਰਹੇ ਨੇ ਅਤੇ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਘਿਰਾਓ ਕਰ ਰਹੇ ਨੇ। ਇਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਜਿਹੜੇ ਵਾਅਦੇ ਅਤੇ ਦਾਅਵੇ ਕੀਤੇ ਸਨ ਉਹ ਲਾਰੇ ਹੀ ਨਿਕਲੇ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਕੇ ਆਏ। ਸਾਰੇ ਸੈਕਟਰੀਏਟ ਦੇ ਮੁਲਾਜ਼ਮ ਤੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਟਲ ਇੱਥੇ ਪ੍ਰਦਰਸ਼ਨ ਕਰ ਰਹੀਆਂ ਨੇ, ਕਾਲੇ ਕੱਪੜਿਆਂ 'ਚ ਆ ਰਹੀਆਂ ਨੇ। ਇੱਕ ਚੌਂਕੀਦਾਰ ਤੋਂ ਲੈ ਕੇ ਸੁਪਰੀਟੈਂਡੈਂਟ ਤੱਕ, ਸੁਪਰੀਟੈਂਡੈਂਟ ਤੋਂ ਲੈ ਕੇ ਮਿਨਿਸਟਰਾਂ ਦੇ ਅਤੇ ਚੀਫ ਮਿਨਿਸਟਰ ਦਾ ਸਾਰਾ ਸਟਾਫ ਕਾਲੇ ਕੱਪੜੇ ਪਾ ਕੇ ਆ ਰਿਹਾ। ਉਹਦਾ ਮਤਲਬ ਹੈ ਕਿ ਗਵਰਨਮੈਂਟ 'ਤੇ ਉਹਨਾਂ ਦਾ ਵਿਸ਼ਵਾਸ ਹੀ ਹੋਇਆ। ਐਂਡ ਉੱਠੇ ਕਿਉਂ ਨਾ, ਇਹਨਾਂ ਦੀ ਮਦਦ ਦੇ ਨਾਲ, ਸਰਕਾਰੀ ਕਰਮਚਾਰੀਆਂ ਦੀ ਮਦਦ ਨਾਲ ਹੀ ਇਹ ਸਰਕਾਰ ਹੋਣੀ ਚਾਹੀਦੀ। ਮੈਂ ਕੱਲ੍ਹ ਵੀ ਹਾਊਸ ਦੇ ਵਿੱਚ ਇਹ ਮਸਲਾ ਉਠਾਇਆ, ਅੱਜ ਵੀ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰੂੰਗਾ, ਸਪੀਕਰ ਸਾਹਿਬ ਚੰਦ ਆਪਣੇ ਸਾਥੀ ਲਓ, FM ਨੂੰ ਲਓ ਨਾਲ, ਮੈਂ ਆਨਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪਿੰਡ ਆਲੋਵਾਲ ਵਿਖੇ ਪਰਾਲੀ ਦੀ ਸੁਚੱਜੀ ਸਾਫ਼ ਸੰਭਾਲ ਸਬੰਧੀ ਖੇਤ ਦਿਵਸ ਕੰਮ ਸਿਖਲਾਈ ਕੈਂਪ ਦਾ ਲਗਾਇਆ ਗਿਆ। ਇਸ ਖੇਤ ਦਿਵਸ ਵਿੱਚ ਤਕਰੀਬਨ 100 ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬੋਲਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦੇ ਇੰਚਾਰਜ ਡਾਕਟਰ ਗੁਰਉਪਦੇਸ਼ ਕੌਰ ਨੇ ਆਏ ਹੋਏ ਕਿਸਾਨਾਂ ਨੂੰ KVK ਦੀਆਂ ਗਤੀਵਿਧੀਆਂ, ਫਸਲਾਂ ਦੀ ਸਾਫ਼ ਸੰਭਾਲ ਅਤੇ ਪੌਸ਼ਟਿਕ ਖੁਰਾਕੀ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਗਰੋ ਪ੍ਰੋਸੈਸਿੰਗ ਯੂਨਿਟਾਂ ਦੀ ਸਥਾਪਨਾ ਬਾਰੇ, ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਵੀ ਦਸਿਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਆ। ਇਸ ਮੌਕੇ ਕਿਸਾਨਾਂ ਨੂੰ ਖੇਤੀ ਸਹਾਇਤਾ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਚੋਣਾਂ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਵਿਆਪਕ ਵੋਟਰ ਜਾਗਰੂਕਤਾ ਮੁਹਿੰਮ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਚਲਾਈ ਜਾ ਰਹੀ ਹੈ।
ਇਸ ਪਹਿਲਕਦਮੀ ਦਾ ਮੁੱਖ ਮੰਤਵ ਖਾਸ ਤੌਰ ਤੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਰਗ ਦੇ ਲੋਕਾਂ ਨੂੰ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਵਿੱਚ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਮੁਹਿੰਮ ਬਾਰੇ ਦੇਸ਼ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ ਹੈ। ਇਸ ਨੂੰ ਲੈ ਕੇ ਨੌਜਵਾਨਾਂ ਵਿੱਚ ਉਤਸ਼ਾਹ ਹੈ। ਕਥਕ ਨਰਤਕਾ ਉਮਾ ਦੀਕਸ਼ਿਤ ਨੇ ਬਿਆਸ ਦਰਿਆ ਦੇ ਕੰਢੇ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਗੀਤ ਤੇ ਆਪਣੇ ਮਨਮੋਹਕ ਪੇਸ਼ਕਾਰੀ ਰਾਹੀਂ ਦੇਸ਼ ਭਰ ਦੇ ਪਹਿਲੀ ਵਾਰ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਖਬਰਾਂ ਦੇ ਬੁਲੇਟਿਨ ਸਾਰੇ ਦਰਸ਼ਕ ਆਰ ਐਨ ਯੂ ਡੀ ਡੀ ਕੇ ਜਲੰਧਰ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵੀ ਦੇਖ ਸਕਦੇ ਨੇ। ਬੁਲੇਟਿਨ ਦੇ ਅਖੀਰ ਵਿਚ ਸ਼ਰਮੀਆਂ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੀਆਜ਼ ਟਿਕਟ ਚਿਪਸ ਆਫ ਵਿਕਸਿਤ ਭਾਰਤ ਵਰਚੁਅਲ ਢੰਗ ਨਾਲ ਲੈਣਗੇ ਹਿੱਸਾ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਤਿੰਨ ਸੈਮੀ ਕੰਡਕਟਰ ਸਹੂਲਤਾਂ ਦਾ ਕਰਨਗੇ ਉਦਘਾਟਨ। ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਚੰਡੀਗੜ੍ਹ ਤੋਂ ਕੌਮੀ ਪ੍ਰੋਗਰਾਮ ਖੇਲੋ ਇੰਡੀਆ ਰਾਈਜ਼ਿੰਗ ਆਈਡੈਂਟੀਫਿਕੇਸ਼ਨ ਦੀ ਕੀਤੀ ਸ਼ੁਰੂਆਤ। ਐਨਆਈਟੀ ਜਲੰਧਰ ਦੇ ਢਾਂਚਾਗਤ ਵਿਕਾਸ ਦੇ ਪ੍ਰਸਤਾਵ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਨੇ ਦਿੱਤੀ ਪ੍ਰਵਾਨਗੀ। ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਦਾ ਪੰਜਾਬ ਚ ਕੀਤਾ ਜਾ ਰਿਹਾ ਹੈ ਸਵਾਗਤ। ਕਥਕ ਨਰਤਕਾ ਉਮਾ ਦੀਕਸ਼ਿਤ ਨੇ ਬਿਆਸ ਦਰਿਆ ਦੇ ਕੰਢੇ ਤੇ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਗੀਤ ਤੇ ਮਨਮੋਹਕ ਪੇਸ਼ਕਾਰੀ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।